ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਤੁਸੀਂ ਵੀ ਦੇਖ ਰਹੇ ਹੋ, ਤੁਸੀਂ ਮੈਂ ਹਾਂ ਪਮਿਲ ਪਾਟੀਆ। ਕਿਸਾਨ ਅੰਦੋਲਨ ਦੇ ਵੱਖੋ ਵੱਖ ਅਸੀਂ ਰੰਗ ਤੁਹਾਨੂੰ ਦਿਖਾ ਰਹੇ ਹਾਂ। ਇਸ ਕਿਸਾਨ ਅੰਦੋਲਨ ਨੂੰ ਬੜੀ ਵੱਡੀ ਤਾਕਤ ਦਿੱਤੀ ਹੈ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਲੋਕਾਂ ਨੇ। ਬਹੁਤ ਸਾਰੇ ਕਲਾਕਾਰ ਲਗਾਤਾਰ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ, ਔਰ ਖਾਸ ਗੱਲ ਇਹ ਹੈਗੀ ਹੈ ਕਿ ਪੰਜਾਬ ਦੀਆਂ ਜਿਹੜੀ ਮਹਿਲਾ ਕਲਾਕਾਰ ਨੇ ਉਹਨਾਂ ਨੇ ਵੀ ਬੜੇ ਵੱਡੇ ਪੱਧਰ ਦੇ ਉੱਤੇ ਇਸ ਅੰਦੋਲਨ ਦੇ ਵਿੱਚ ਆਪਣੀ ਹਾਜ਼ਰੀ ਲਗਵਾਈ ਹੈਗੀ ਹੈ। ਇਸ ਅੰਦੋਲਨ ਦੇ ਮੰਚ ਤੋਂ ਬਾਰ ਬਾਰ ਜ਼ਿਕਰ ਹੁੰਦਾ ਹੈ ਮਾਈ ਭਾਗੋ ਦਾ, ਔਰ ਪੰਜਾਬ ਦੇ ਵਿੱਚ ਮਹਿਲਾਵਾਂ ਦੀ ਹਰ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈਗਾ, ਔਰ ਪੰਜਾਬੀ ਮਿਊਜ਼ਿਕ ਇੰਡਸਟਰੀ ਫਿਲਮ ਇੰਡਸਟਰੀ ਦੇ ਵਿੱਚ ਵੀ ਪੰਜਾਬ ਦੀਆਂ ਮਹਿਲਾਵਾਂ ਨੇ ਸਿਰਫ ਪੰਜਾਬ ਹੀ ਨਹੀਂ ਬਾਲੀਵੁੱਡ ਇੰਡਸਟਰੀ ਔਰ ਵਿਦੇਸ਼ਾਂ ਵਿੱਚ ਵੀ ਪੂਰੀ ਧਾਕ ਜਮਾਈ ਹੈ। ਸਾਡੇ ਨਾਲ ਪੰਜਾਬ ਦੇ ਬਹੁਤ ਨਾਮੀ ਕਲਾਕਾਰ ਨੇ, ਸਾਡੇ ਨਾਲ ਕੌਰ ਵੀ ਨੇ ਦੈਨਿਕ ਸਵੇਰਾ 'ਤੇ ਜੁੜਨੇ, ਗੁਰਲੇਜ ਅਖਤਰ ਨੇ ਸਾਡੇ ਨਾਲ, ਕੈਲੀ ਜੀ ਨੇ ਲਾਈਵ ਜੁੜੇ, ਬਹੁਤ ਬਹੁਤ ਸਵਾਗਤ ਹੈ ਜੀ ਸਾਡਾ ਸਾਰਿਆਂ ਦਾ। ਜੈਸਮੀਨ ਅਖਤਰ ਸਾਡੇ ਨਾਲ ਜੁੜ ਰਹੇ ਨੇ। ਸਭ ਤੋਂ ਪਹਿਲਾਂ ਗੁਰਲੇਜ ਜੀ, ਤੁਸੀਂ ਦੱਸੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਇਸ ਅੰਦੋਲਨ ਨੂੰ ਪਿੱਛੋਂ ਤੋਂ ਲੈ ਕੇ ਹੁਣ ਤੱਕ ਦੇਖਦੇ ਆ ਰਹੇ ਹੋ, ਟੀ ਵੀ ਦੇ ਉੱਤੇ ਅਖਬਾਰਾਂ ਦੇ ਉੱਤੇ ਜ਼ਰੂਰ ਦੇਖਦੇ ਹੋਵੋਗੇ, ਆਪਦੇ ਸ਼ਬਦਾਂ ਦੇ ਵਿੱਚ ਕਿਵੇਂ ਡਿਸਕ੍ਰਾਈਬ ਕਰਦੇ ਹੋ ਇਹਨਾਂ ਨੂੰ? ਪਹਿਲਾਂ ਤਾਂ ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਔਰ ਸਾਰੇ ਮੀਡੀਆ ਦਾ ਬਹੁਤ ਬਹੁਤ ਥੈਂਕਸ ਹੈ ਕਿਉਂਕਿ ਤੁਸੀਂ, ਤੁਹਾਡੇ ਰਾਹੀਂ ਹਰ ਚੀਜ਼ ਲੋਕਾਂ ਤਾਈਂ ਪਹੁੰਚਦੀ ਹੈ, ਕੀ ਹੋ ਰਿਹਾ, ਕੀ ਕਿੱਦਾਂ ਦਾ ਮਾਹੌਲ ਹੈ। ਬਾਕੀ ਬਹੁਤ ਮਾਣ ਵਾਲੀ ਗੱਲ ਹੈ ਕਿ ਏਕਤਾ ਬਹੁਤ ਦੇਖਣ ਨੂੰ ਮਿਲ ਰਹੀ ਹੈ, ਹਰ ਸਟੇਟ ਇੱਕ ਹੈ ਇਸ ਟਾਈਮ, ਹਰਿਆਣਾ, ਯੂਪੀ, ਪੰਜਾਬ, ਹਰ ਵਰਗ ਦਾ ਇਨਸਾਨ ਇਸ ਅੰਦੋਲਨ ਦੇ ਵਿੱਚ ਪਹੁੰਚਿਆ ਹੋਇਆ, ਬੜੇ ਮਾਣ ਵਾਲੀ ਗੱਲ ਹੈ, ਔਰ ਮੈਨੂੰ ਲੱਗ ਰਿਹਾ ਕਿ ਆਪਾਂ ਬਹੁਤ ਕਰੀਬ ਹਾਂ ਜਿੱਤ ਦੇ। ਬਾਕੀ ਏਕੇ ਦੇ ਵਿੱਚ ਬਰਕਤ ਹੁੰਦੀ ਹੈ, ਮੈਂ ਇਹੀ ਕਹੂੰਗੀ, ਇਸੇ ਤਰ੍ਹਾਂ ਏਕਤਾ ਬਣੀ ਰਹੇ, ਔਰ ਇਸ ਅੰਦੋਲਨ ਦੇ ਵਿੱਚ ਜਿੰਨੀ ਵੀ ਸੰਗਤ ਆਈ ਹੈ ਆਪਣੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਸਾਰੇ ਖੜੀਏ, ਜਿਹੜਾ ਨਹੀਂ ਵੀ ਆਇਆ ਜ਼ਰੂਰ ਆਵੇ, ਆਪਣੇ ਬਜ਼ੁਰਗਾਂ ਦੇ ਨਾਲ, ਆਪਣੀ ਨੌਜਵਾਨੀ ਦੇ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜੀਏ, ਔਰ ਇਸ ਜਿੱਤ ਨੂੰ ਪ੍ਰਾਪਤ ਕਰੀਏ। ਕੌਰ ਵੀ ਹੈਗੇ ਨੇ, ਕੌਰ ਵੀ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ? ਮੈਂ ਤੁਹਾਨੂੰ ਮਹਿਲਾਵਾਂ ਨਾਲ ਜੋੜ ਕੇ ਸਵਾਲ ਕਰਨਾ ਚਾਹੁੰਦਾ, ਕਿਉਂਕਿ ਆਮ ਤੌਰ 'ਤੇ ਸ਼ਾਇਦ ਇੰਨੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਸ਼ਾਮਿਲ ਨਾ ਹੁੰਦੀਆਂ ਤਾਂ ਕਿਤੇ ਅਧੂਰਾ ਰਹਿ ਜਾਂਦਾ ਇਹ ਐਜੀਟੇਸ਼ਨ, ਉਹਦੀ ਸ਼ਕਲ ਜਾਂ ਦਿੱਖ ਕੁਛ ਹੋਰ ਬਣ ਜਾਂਦੀ। ਸੋ ਮੈਂ ਸਾਰੀਆਂ ਭੈਣਾਂ ਦਾ, ਸਾਰੀਆਂ ਬਜ਼ੁਰਗ ਮਾਤਾ ਦਾ, ਜਿਹੜਾ ਉਹਨਾਂ ਦਾ ਇੰਨਾ ਵੱਡਾ ਜਿਗਰ ਹੈ ਕਿ ਉਹ ਇੱਥੇ ਆ ਕੇ ਬੈਠੇ ਨੇ ਆਪਣੇ ਘਰ ਪਰਿਵਾਰ ਛੱਡ ਕੇ, ਸੋ ਮੈਂ ਸਾਰੀਆਂ ਭੈਣਾਂ ਦਾ, ਸਾਰੀਆਂ ਮਾਤਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਅਤੇ ਬਹੁਤ ਹੀ ਵੱਡੀ ਮਿਸਾਲ ਕਾਇਮ ਕੀਤੀ ਇਹਨਾਂ ਸਾਰਿਆਂ ਨੇ, ਅਤੇ ਉਹਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਰਿਆਂ ਨੂੰ ਆਪਣੇ ਪੰਜਾਬੀਆਂ 'ਤੇ ਮਾਣ ਹੈ ਕਿ ਅੱਜ ਸਾਡੀਆਂ ਧੀਆਂ, ਸਾਡੀਆਂ ਭੈਣਾਂ ਸਾਰਿਆਂ ਦੇ ਵਿੱਚ ਬਹਿ ਕੇ ਵੀ ਆਪਣੇ ਆਪ ਨੂੰ ਬੇਫਿਕਰ ਮਹਿਸੂਸ ਕਰਦੀਆਂ ਨੇ, ਸੋ ਇਹ ਸਾਰਿਆਂ ਦਾ ਮੈਂ ਕਹਿੰਦੀ ਹਾਂ, ਸਾਰੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਆਪਣੀਆਂ ਭੈਣਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੀ ਸਪੋਰਟ ਕਰ ਰਹੇ ਨੇ। ਸੋ ਸਾਰੇ ਜਿੰਨੇ ਵੀ ਨੌਜਵਾਨ ਨੇ, ਚਾਹੇ ਉਹ ਬਜ਼ੁਰਗ ਨੇ, ਸਾਰੇ ਸਾਡੇ ਲਈ ਬੈਠੇ ਨੇ, ਆਪਣੇ ਹੱਕਾਂ ਲਈ ਬੈਠੇ ਨੇ, ਸੋ ਅਸੀਂ ਸਾਰਿਆਂ ਦਾ ਅੱਜ ਸ਼ੁਕਰਾਨਾ ਕਰਨ ਆਇਆ ਕਿ ਤੁਸੀਂ ਸਾਡੇ ਲਈ ਇੱਥੇ ਬਹਿ ਕੇ, ਇੰਨੀ ਠੰਡ ਦੇ ਵਿੱਚ ਬਹਿ ਕੇ, ਆਪਣੇ ਪਰਿਵਾਰ, ਆਪਣੇ ਘਰ ਛੱਡ ਕੇ ਸਾਡੇ ਲਈ ਲੜਦੇ ਪਏ ਹੋ, ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ। ਬਹੁਤ ਸਾਰੀਆਂ ਬਜ਼ੁਰਗ ਮਹਿਲਾਵਾਂ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਈਆਂ, ਤੁਸੀਂ ਇਸ ਸਾਈਡ ਆ ਜਾਓ, ਬਹੁਤ ਸਾਰੀਆਂ ਬਜ਼ੁਰਗ ਮਹਿਲਾਵਾਂ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਈਆਂ ਨੇ। ਇੱਕ ਮਹਿਲਾਵਾਂ ਦੇ ਲਈ ਐਡੇ ਵੱਡਾ ਅੰਦੋਲਨ, ਹਜੇ ਇਹ ਕਿਹਾ ਜਾ ਰਿਹਾ ਕਿ ਅੰਦੋਲਨ ਬਹੁਤ ਲੰਬਾ ਚੱਲੇਗਾ ਕਿਉਂਕਿ ਸਰਕਾਰ ਵੱਲੋਂ ਡਿਸੀਜ਼ਨ ਨਹੀਂ ਲਿਆ ਜਾ ਰਿਹਾ, ਤੁਸੀਂ ਕਿਵੇਂ ਸੋਚਦੇ ਹੋ ਉਹਨਾਂ ਦਾ ਯੋਗਦਾਨ ਕਿੰਨਾ ਕੁ ਜ਼ਰੂਰੀ ਹੈ, ਔਰ ਕਿੰਨਾ ਕੁ ਔਖਾ ਲੱਗਦਾ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਜਦੋਂ ਪੱਲੀਆਂ ਵਿਛਾ ਕੇ ਟਰਾਲੀਆਂ 'ਚ ਸੌਣਾ ਪੈ ਰਿਹਾ ਜਾਂ ਟਰਾਲੀਆਂ ਦੇ ਥੱਲੇ ਰਾਤ ਨੂੰ ਸੌਣਾ ਪੈ ਰਿਹਾ, ਅਸੀਂ 2-2 ਵਜੇ ਤੱਕ ਦੇਖਦੇ ਹਾਂ ਸੜਕਾਂ 'ਤੇ? ਆਪਾਂ ਮਹਿਲਾਵਾਂ ਦੀ ਗੱਲ ਕਰਦੇ ਹਾਂ, ਸੋ ਸਾਡੇ ਇਤਿਹਾਸ ਦੇ ਵਿੱਚ ਸ਼ੁਰੂ ਤੋਂ ਤੁਸੀਂ ਵੇਖ ਲਓ ਕਿ ਸਾਡੀਆਂ ਮਾਤਾਵਾਂ, ਸਾਡੀਆਂ ਬੀਬੀਆਂ, ਮਾਤਾ ਗੁਜਰੀ ਜੀ ਇੰਨੀ ਪੋਹ ਦੀ ਠੰਡ ਦੇ ਵਿੱਚ ਸਾਡੇ ਲਈ ਬੈਠੇ, ਆਪਣੀ ਕੌਮ ਦੇ ਲਈ, ਆਪਣੇ ਇਤਿਹਾਸ ਦੇ ਲਈ ਉਹਨਾਂ ਨੇ, ਸਾਡੇ ਛੋਟੇ ਛੋਟੇ ਬੱਚਿਆਂ ਨੇ, ਸੋ ਸਾਡਾ ਇਤਿਹਾਸ ਇੰਨਾ ਵੱਡਾ ਕਿ ਮੈਨੂੰ ਲੱਗਦਾ ਦੱਸਣ ਦੀ ਲੋੜ ਨਹੀਂ, ਸਭ ਪਤਾ ਇਹਨਾਂ ਸਰਕਾਰਾਂ ਨੂੰ ਕਿ ਇਹ ਬੜੇ ਵੱਡੇ ਜਿਗਰੇ ਵਾਲੇ ਨੇ। ਸੋ ਉਸੇ ਤਰ੍ਹਾਂ ਹੀ ਉਹ ਜਿਹੜਾ ਇੱਕ ਟਾਈਮ ਹੈ ਸਾਡੀਆਂ ਮਾਵਾਂ ਨੇ, ਸਾਡੀਆਂ ਭੈਣਾਂ ਨੇ ਸਾਨੂੰ ਵਿਖਾ ਦਿੱਤਾ, ਇੱਕ ਦੁਬਾਰਾ ਇਤਿਹਾਸ ਰਚਿਆ ਗਿਆ ਜਿਹੜਾ ਮੈਨੂੰ ਲੱਗਦਾ ਰਹਿੰਦੀ ਦੁਨੀਆ ਤੱਕ ਆਉਂਦੇ ਟਾਈਮ ਤੱਕ ਯਾਦ ਰਹੇਗਾ। ਪਰ ਮੈਂ ਅਰਦਾਸ ਕਰਦੀ ਹਾਂ ਵਾਹਿਗੁਰੂ ਅੱਗੇ ਇਹੀ ਕਿ ਜਿੱਦਾਂ ਦਾ ਹੁਣ ਮਾਹੌਲ ਬਣਿਆ ਹੋਇਆ, ਸਾਰੇ ਸ਼ਾਂਤੀ ਨਾਲ ਬੈਠੇ ਹੋਏ ਨੇ, ਇੱਦਾਂ ਹੀ ਸਾਡੀਆਂ ਮੰਗਾਂ ਛੇਤੀ ਤੋਂ ਛੇਤੀ ਪੂਰੀਆਂ ਹੋਣ ਅਤੇ ਸਾਰੇ ਖੁਸ਼ੀ ਖੁਸ਼ੀ ਆਪਣੇ ਪਰਿਵਾਰ, ਆਪਣੇ ਘਰ 'ਚ ਵਾਪਸ ਜਾਣ। ਗੁਰਲੇਜ ਅਖਤਰ, ਤੁਸੀਂ ਮਾਸਕ ਪਾਇਆ ਹੋਇਆ, ਪੰਜਾਬੀਆਂ ਨੂੰ ਅਸੀਂ ਇੱਥੇ ਗੱਲ ਕੀਤੀ, ਤੁਹਾਨੂੰ ਕੋਰੋਨਾ ਤੋਂ ਡਰ ਨਹੀਂ ਲੱਗਦਾ ਕਿ ਦਿੱਲੀ ਗਵਰਨਮੈਂਟ ਨੇ ਪਹਿਲਾਂ ਹੀ ਇੱਕ ਅਲਰਟ ਜਾਰੀ ਕਰਦਾ? ਇੱਥੇ ਲੋਕ ਜਿਹੜੇ ਆਏ ਨੇ, ਜਿਹੜੇ ਐਕਟਰ ਕਲਾਕਾਰ ਵੀ, ਉਹ ਕਹਿੰਦੇ ਪੰਜਾਬੀ ਦੇ ਕੋਰੋਨਾ ਵੈਸੇ ਹੀ ਖਾ ਗਏ, ਅਤੇ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਅਸੀਂ ਉਹਨਾਂ ਦੀਆਂ ਗੱਲਾਂ ਕਿੰਨੀਆਂ ਮੰਨਦੇ ਰਹੇ ਹਾਂ ਅਤੇ ਉਹ ਸਾਡੀਆਂ ਕਿੰਨੀਆਂ ਕੁ ਮੰਨਦੇ ਨੇ, ਹੁਣ ਤਾਂ ਸ਼ਰਮ ਆਉਣੀ ਚਾਹੀਦੀ ਥੋੜ੍ਹੀ ਬਾਤੀ ਸਰਕਾਰਾਂ। ਇੱਕ ਫੀਮੇਲ ਪਾਰਟੀਸਪੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ ਜਦੋਂ, ਔਰ ਇਸ ਧਰਨੇ ਦੇ ਵਿੱਚ ਜਿਹੜੀਆਂ ਮਹਿਲਾਵਾਂ ਪਹੁੰਚੀਆਂ ਨੇ, ਬਜ਼ੁਰਗ ਮਾਤਾਵਾਂ ਜਿਹੜੀਆਂ ਪਹੁੰਚੀਆਂ ਨੇ, ਉਹਨਾਂ ਨੇ ਬੜੀ ਨਾਰਾਜ਼ਗੀ ਜ਼ਾਹਿਰ ਕੀਤੀ ਸੀਗੀ ਕੰਗਨਾ ਰਣੌਤ ਦੇ ਕਮੈਂਟ ਨੂੰ ਲੈ ਕੇ।
ਬਾਲੀਵੁੱਡ ਇੰਡਸਟਰੀ ਦੇ ਵਿੱਚੋਂ ਮੈਂ ਸਵੇਰੇ ਇਹ ਸਵਾਲ ਐਮੀ ਵਿਰਕ ਨੂੰ ਵੀ ਕੀਤਾ ਸੀਗਾ ਕਿ ਕੀ ਕਾਰਨ ਹੈਗਾ ਕਿ ਬਾਲੀਵੁੱਡ ਇੰਡਸਟਰੀ ਪੰਜਾਬ ਨੂੰ ਜਾਂ ਕਿਸਾਨੀ ਨੂੰ ਅਸੀਂ ਕਹਿ ਸਕਦੇ ਹਾਂ ਉਸ ਤਰ੍ਹਾਂ ਦੇ ਨਾਲ ਸਪੋਰਟ ਨਹੀਂ ਕਰ ਰਹੀ ਜਾਂ ਰਿਸਪੋਂਡ ਨਹੀਂ ਕਰ ਰਹੀ ਜਦੋਂ ਬਾਲੀਵੁੱਡ ਦੇ ਵਿੱਚ ਪੰਜਾਬੀ ਗੀਤਾਂ ਜਾਂ ਪੰਜਾਬੀ ਨੰਬਰ ਜਾਂ ਪੰਜਾਬੀ ਕਲਾਕਾਰਾਂ ਦੀ ਗਿਣਤੀ ਇੰਨੀ ਵੱਡੀ ਹੈਗੀ ਹੈ? ਮੈਂ ਇਹੀ ਕਹੂੰਗੀ ਚਾਹੇ ਬਾਲੀਵੁੱਡ ਹੋ ਗਿਆ ਜੇ ਜਿੱਥੋਂ ਦਾ ਮਰਜ਼ੀ ਕੋਈ ਵੀ ਇਨਸਾਨ ਹੋ ਗਿਆ ਅੰਨਦਾਤਾ ਕੌਣ ਹੈ ਸਾਡਾ ਕਿਸਾਨ ਹੀ ਹੈ ਨਾ ਸੋ ਬਹੁਤ ਮਾੜੀ ਗੱਲ ਹੈ ਜਿੱਦਾਂ ਦੇ ਲਫਜ਼ ਕੰਗਣਾ ਹੁਣਾਂ ਨੇ ਯੂਜ਼ ਕੀਤੇ ਆ ਮੈਂ ਕਹਿੰਦੀ ਹਾਂ ਕਿ ਅਸੀਂ ਇਹ ਜ਼ਿਕਰ ਨਹੀਂ ਕਰਨਾ ਚਾਹੁੰਦੇ ਪਰ ਫਿਰ ਵੀ ਮੈਂ ਇੱਥੇ ਇਹ ਗੱਲ ਕਹੂੰਗੀ ਵੀ ਸਾਡੀਆਂ ਮਾਵਾਂ ਸਾਨੂੰ ਵੀ ਮਾਂ ਨੇ ਜਨਮ ਦਿੱਤਾ 80 ਸਾਲ ਦੀ ਬਜ਼ੁਰਗ ਮਾਤਾ ਲਈ ਅਸੀਂ ਇੰਨਾ ਐਡੀ ਘਟੀਆ ਸ਼ਬਦਾਵਲੀ ਅਸੀਂ ਵਰਤ ਰਹੇ ਹਾਂ ਬਹੁਤ ਮਾੜੀ ਗੱਲ ਹੈ ਸ਼ਰਮਨਾਕ ਹੈ ਇੱਕ ਔਰਤ ਹੋਣ ਦੇ ਨਾਤੇ ਸਾਨੂੰ ਔਰਤ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਸੋ ਮੈਂ ਇਹੀ ਕਹੂੰਗੀ ਕਿ ਜਿਹੜੀ ਗੱਲ ਗਲਤ ਹੁੰਦੀ ਉਹ ਤਾਂ ਸਭ ਨੂੰ ਆਪਾਂ ਨੂੰ ਪਤਾ ਕਿ ਉਹ ਗਲਤ ਹੀ ਹੈ ਹੈ ਨਾ ਪਰ ਇਸ ਚੀਜ਼ ਦੇ ਨਾਲ ਕੀ ਲੱਗਦਾ ਤੁਹਾਨੂੰ ਜੈਸਮੀਨ ਸਾਡੇ ਨਾਲ ਨੇ ਜੈਸਮੀਨ ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਹੈਗੀ ਹੈ ਤੁਹਾਨੂੰ ਲੱਗਦਾ ਕਿ ਇਹ ਵੱਖਰੇ ਕਿਸਮ ਦਾ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅੰਦੋਲਨ ਦੇ ਵਿੱਚ ਕੁਛ ਤੁਸੀਂ ਹੋਰ ਕਿਸਮ ਦੀ ਗੱਲ ਕਰ ਦਿਉ ਜੇ ਮਹਿਲਾਵਾਂ ਆ ਰਹੀਆਂ ਨੇ ਅਤੇ ਉਹ ਕਿਸੇ ਔਰਗਨਾਈਜ਼ਡ ਤਰੀਕੇ ਦੇ ਨਾਲ ਆ ਰਹੀਆਂ ਨੇ ਆਪ ਮੁਹਾਰੇ ਆਪਣੀ ਮਰਜ਼ੀ ਨਾਲ ਨਹੀਂ ਆ ਰਹੀਆਂ? ਬਿਲਕੁਲ ਜੀ ਦੇਖੋ ਜਿਹੜੇ ਤਾਂ ਸਮਝਦਾਰ ਲੋਕ ਨੇ ਜਿਹੜੀਆਂ ਸਮਝਦਾਰ ਮਹਿਲਾਵਾਂ ਨੇ ਸਾਡੀਆਂ ਮਾਤਾਵਾਂ ਜਾਂ ਸਾਡੀਆਂ ਭੈਣਾਂ ਨੇ ਉਹ ਕਦੀ ਵੀ ਆਪਣੀ ਮਾਵਾਂ ਦੇ ਖਿਲਾਫ਼ ਜਾਂ ਆਪਣੇ ਬਜ਼ੁਰਗਾਂ ਦੇ ਖਿਲਾਫ਼ ਇਹੋ ਜਿਹੀ ਗੱਲ ਨਹੀਂ ਕਰਨਗੀਆਂ ਹੈ ਨਾ ਜਿੱਦਾਂ ਦੀਦੀ ਨੇ ਕਿਹਾ ਕਿ ਸ਼ਰਮਨਾਕ ਗੱਲ ਹੈ ਉਹਨਾਂ ਦੇ ਲਈ ਉਹ ਵੀ ਕਿਸੇ ਮਾਂ ਦੀ ਮਾਂ ਨੇ ਹੀ ਜਨਮ ਦਿੱਤਾ ਉਹਨੂੰ ਵੀ ਹੈ ਨਾ ਕੰਗਣਾ ਨੂੰ ਵੀ ਸੋ ਇਸ ਕਰਕੇ ਉਹਨਾਂ ਲਈ ਬਹੁਤ ਘਟੀਆ ਇਹ ਬਿਲਕੁਲ ਧਿਆਨ ਭਟਕਾਇਆ ਜਾ ਰਿਹਾ ਦੁਨੀਆ ਨੂੰ ਆਪਣੇ ਪਾਸੇ ਲਾਇਆ ਜਾ ਰਿਹਾ ਮੇਨ ਸਾਡਾ ਫੋਕਸ ਕਿੱਥੇ ਆ ਕਿਸਾਨ 'ਤੇ ਸੋ ਇਸ ਕਰਕੇ ਅਸੀਂ ਸਾਰੇ ਕਿਸਾਨਾਂ ਦੇ ਨਾਲ ਹਾਂ ਸਾਡਾ ਅੰਨਦਾਤਾ ਕਿਸਾਨ ਹੈ ਸੋ ਇਹ ਬਹੁਤ ਸ਼ਰਮਨਾਕ ਹੈ। ਕੁਲਵਿੰਦਰ ਕਹਿਲੀ ਵੀ ਸਾਡੇ ਨਾਲ ਜੁੜੇ ਹੋਏ ਨੇ ਪੰਜਾਬੀ ਗਾਇਕੀ ਦਾ ਵੱਡਾ ਨਾਮ ਹੈਗਾ ਬਾਈ ਜੀ ਤੁਸੀਂ ਕਿਵੇਂ ਦੇਖ ਰਹੇ ਹੋ ਸਾਰੀ ਐਡੀਟੇਸ਼ਨ ਜਿਵੇਂ ਚੱਲ ਰਹੀ ਹੈ ਔਰ ਪੰਜਾਬੀ ਇੰਡਸਟਰੀ ਨੇ ਬੜੀ ਜ਼ਬਰਦਸਤ ਸਪੋਰਟ ਕੀਤੀ ਹੈ ਮੈਨੂੰ ਲੱਗਦਾ ਕਿ ਜਿਸ ਸਮੇਂ ਵੀ ਇਸ ਅੰਦੋਲਨ ਦਾ ਇਤਿਹਾਸ ਲਿਖਿਆ ਜਾਏਗਾ ਪੰਜਾਬੀ ਇੰਡਸਟਰੀ ਦਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਜ਼ਰੂਰ ਬੜਾ ਪੋਜ਼ਿਟਿਵਲੀ ਲਿਖਿਆ ਜਾਏਗਾ। ਮੈਂ ਪਿੱਛੇ ਵੀ ਗੱਲ ਕਰਕੇ ਆਇਆ ਜੀ ਇਹ ਇੱਕ ਇਤਿਹਾਸ ਰਚ ਹੋ ਗਿਆ ਇਹ ਤੁਸੀਂ ਗੱਲ ਕੀਤੀ ਸੀ ਗੁਰਲੇਜ ਹੋਣਾ ਨੂੰ ਕੌਰ ਵੀ ਉਹਨਾਂ ਨੂੰ ਵੀ ਕਿੰਨਾ ਕੁ ਟਾਈਮ ਲੱਗੇਗਾ ਸੰਘਰਸ਼ ਜਦੋਂ ਵੀ ਆਪਾਂ ਕੋਈ ਸੰਘਰਸ਼ ਆਪਾਂ ਹਿਸਟਰੀਆਂ ਫੋਲ ਕੇ ਦੇਖੀਏ ਬਹੁਤ ਜਲਦੀ ਸਾਨੂੰ ਸਫਲਤਾ ਨਹੀਂ ਮਿਲਦੀ ਉਹਦੇ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਜਦੋਂ ਆਪਾਂ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਤੁਸੀਂ ਵੀ ਪੜ੍ਹਾਈ ਲਿਖਾਈ ਕੀਤੀ ਹੋਏਗੀ ਜਾਂ ਇਹਨਾਂ ਨੇ ਵੀ ਕੀਤੀ ਹੋਏਗੀ ਸਾਰਿਆਂ ਨੇ ਕੀਤੀ ਹੋਏਗੀ ਆਪਾਂ ਜਦੋਂ ਇੱਕ ਪੜ੍ਹਾਈ ਲਿਖਾਈ ਸ਼ੁਰੂ ਕਰਦੇ ਹਾਂ ਨਾ ਉਹ ਹੁੰਦੀ ਇੱਕ ਛੋਟੀ ਜਿਹੀ ਡਿਗਰੀ ਹੈ ਪਰ ਉਹਨੂੰ ਡਿਗਰੀ ਨੂੰ ਲੈਣ ਵਾਸਤੇ 16 ਸਾਲ ਲੱਗਦੇ ਆ ਠੀਕ ਹੈ ਜੀ ਬਤਾ ਉਹ ਮਿਹਨਤ ਉਹ ਇੱਕ ਪੇਪਰ ਦੇ ਵਿੱਚ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਜਿਹੜੇ ਸੰਘਰਸ਼ ਹੁੰਦੇ ਆ ਜਿਹੜੇ ਵਾਕਈ ਸੁਨਹਿਰੀ ਅੱਖਰਾਂ 'ਚ ਲਿਖੇ ਜਾਂਦੇ ਸੰਘਰਸ਼ ਉਹਨਾਂ ਨੂੰ ਵਕਤ ਲੱਗਦਾ ਬਟ ਇਹ ਵਕਤ ਲੱਗੇਗਾ ਆਪਾਂ ਸਾਰੇ 'ਚ ਫਤਿਹ ਹਾਸਲ ਕਰਾਂਗੇ ਔਰ ਸਾਨੂੰ ਪੰਜਾਬੀ ਇੰਡਸਟਰੀ ਅਸੀਂ ਅੱਜ ਇੱਥੇ ਕੋਈ ਵੀ ਆਰਟਿਸਟ ਬਣ ਕੇ ਨਹੀਂ ਆਇਆ ਅਸੀਂ ਇੱਕ ਪਰਿਵਾਰ ਬਣ ਕੇ ਆਏ ਹਾਂ ਕਿਉਂਕਿ ਹਰ ਬੰਦਾ ਕਿਸਾਨੀ ਨਾਲ ਜੁੜਿਆ ਹੋਇਆ ਤੁਸੀਂ ਚਾਹੇ ਕੋਈ ਵੀ ਆ ਕਿਸੇ ਵੀ ਫੀਲਡ ਦੇ ਵਿੱਚ ਰੋਟੀ ਤਾਂ ਖਾਂਦਾ ਨਾ ਅਤੇ ਉਹਦੇ ਘਰ ਰੋਟੀ ਕਿੱਥੋਂ ਆਉਂਦੀ ਹੈ ਇਸ ਕਰਕੇ ਹਾਂਜੀ ਅਤੇ ਇਸ ਕਰਕੇ ਅਸੀਂ ਸਾਰੇ ਕਿਤੇ ਨਾ ਕਿਤੇ ਚਾਹੇ ਕਿਸੇ ਕੋਲ ਜ਼ਮੀਨ ਹੈ ਚਾਹੇ ਨਹੀਂ ਹੈ ਬਟ ਅਸੀਂ ਕਿਸਾਨੀ ਨਾਲ ਜੁੜੇ ਹੋਏ ਹਾਂ ਇਹ ਸਾਡਾ ਫਰਜ਼ ਬਣਦਾ ਜਿਹੜੇ ਅੱਜ ਘਰਾਂ 'ਚ ਬੈਠੇ ਆ ਉਹ ਵੀ ਆਉਣ ਕਿਉਂਕਿ ਅੱਜ ਅਸੀਂ ਜੋ ਜੋਸ਼ ਜੋ ਜਜ਼ਬਾ ਇੱਥੇ ਆ ਕੇ ਦੇਖਿਆ ਬਜ਼ੁਰਗਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਭੈਣਾਂ ਦੇ ਵਿੱਚ ਬੀਬੀਆਂ ਦੇ ਵਿੱਚ ਬੱਚਿਆਂ ਦੇ ਵਿੱਚ ਹਰ ਬੰਦਾ ਇਸ ਮੂਵਮੈਂਟ ਦੇ ਨਾਲ ਜੁੜਿਆ ਹੋਇਆ ਔਰ ਖੁਸ਼ੀ ਦੀ ਗੱਲ ਇਹ ਹੈ ਵੀ ਪਹਿਲਾਂ ਪੰਜਾਬ 'ਚ ਸੀ ਅੱਜ ਪੂਰੀ ਦੁਨੀਆ ਦੇ ਵਿੱਚ ਫੈਲ ਗਿਆ ਪਹਿਲੀ ਵਾਰੀ ਇਹ ਕੋਈ ਕਿਸਾਨੀ ਅੰਦੋਲਨ ਜਿਹੜਾ UNO ਤੱਕ ਪਹੁੰਚ ਗਿਆ ਜੀ 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 ਉਹਨਾਂ ਦਾ ਵੀ ਮੈਂ ਕੱਲ੍ਹ ਬਿਆਨ ਪੜ੍ਹ ਰਿਹਾ ਉਹਨਾਂ ਨੇ ਵੀ ਕਿਹਾ ਵੀ ਇਹ ਜੋ ਹੋ ਰਿਹਾ ਗਲਤ ਹੋ ਰਿਹਾ ਦੇ ਨੀਡ ਟੂ ਟੇਕ ਅ ਡਿਸੀਜ਼ਨ ਐਜ਼ ਸੂਨ ਐਜ਼ ਪੋਸੀਬਲ ਦੇ ਨੀਡ ਟੂ ਸੋਰਟ ਇਟ ਆਊਟ ਕਿ ਜਿਹੜੀ ਪ੍ਰੋਬਲਮ ਹੈਗੀ ਇਹਨੂੰ ਸੋਰਟ ਆਊਟ ਕਰੋ ਬਿਕੋਜ਼ ਹਰ ਬੰਦੇ ਦੀ ਨਜ਼ਰ ਇਸ ਵੇਲੇ ਕਿਸਾਨੀ ਦੇ ਉੱਤੇ ਹਿੰਦੁਸਤਾਨ ਦੇ ਉੱਤੇ ਟਿਕੀ ਹੋਈ ਹੈ ਔਰ ਹਰ ਬੰਦਾ ਵੱਡਾ ਬੰਦਾ ਚਾਹੇ ਬਾਹਰਲੇ ਮੁਲਕਾਂ ਦੇ ਵਿੱਚੋਂ ਉਹ ਟਵੀਟ ਕਰ ਰਿਹਾ ਉਹ ਬਿਆਨ ਦੇ ਰਿਹਾ ਵੀ ਇਹ ਦੇਖੋ ਆਪਾਂ ਨੂੰ ਇਹ ਸੋਚਣਾ ਚਾਹੀਦਾ ਵੀ ਸਾਰੀ ਦੁਨੀਆ ਇੱਕ ਪਾਸੇ ਆ ਅਤੇ ਉਹ ਇੱਕ ਪਾਸੇ ਆ ਮਤਲਬ ਕਿ ਰਿਜ਼ਲਟ ਤਾਂ ਸਾਡੇ ਸਾਹਮਣੇ ਹੀ ਆ। ਇੱਕ ਚੀਜ਼ ਬੜੀ ਹੋਰ ਇਹਦੇ ਵਿੱਚ ਨਜ਼ਰ ਆਈ ਹੈ ਮੈਂ ਇਹ ਸਵਾਲ ਨਾ ਕੌਰ ਵੀ ਹੁਣਾਂ ਤੋਂ ਲੈਣਾ ਚਾਹੁੰਦਾ ਕੌਰ ਵੀ ਜਿਹੜੀ ਇਹ ਗੱਲ ਇਸ ਪਾਸੇ ਨਿਕਲ ਕੇ ਆਈ ਹੈਗੀ ਆ ਕਿ ਨਰੇਟਿਵ ਇਸ ਤਰ੍ਹਾਂ ਦੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਔਰ ਤੁਸੀਂ ਹਮ ਲੋਕ ਔਰ ਤੁਮ ਲੋਕ ਪੰਜਾਬ ਨੂੰ ਲੈ ਕੇ ਇਸ ਤਰ੍ਹਾਂ ਦੇ ਨਾਲ ਪਹਿਲੇ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਤੋਂ ਐਡੀਟੇਸ਼ਨ ਕੀਤੀ ਇਸ ਦੇ ਵਿੱਚ ਕਈ ਸਾਰੇ ਨਿਕਲੇ ਕਦੇ ਖਾਲਿਸਤਾਨ ਦਾ ਜ਼ਿਕਰ ਕੀਤਾ ਗਿਆ ਕਦੇ ਮਹਿਲਾਵਾਂ ਦੇ ਬਾਰੇ ਇਸ ਤਰ੍ਹਾਂ ਦੇ ਕਮੈਂਟ ਕੀਤੇ ਗਏ ਜਦੋਂ ਤੁਸੀਂ ਦੁਨੀਆ ਭਰ ਦੇ ਵਿੱਚ ਪਰਫੋਰਮ ਕਰਦੇ ਹੋ
ਹੋਰ ਜਿਹੜੇ ਤੁਹਾਡੇ ਸਾਥੀ ਕਲਾਕਾਰ ਨੇ ਚਾਹੇ ਉਹ ਬਾਲੀਵੁੱਡ ਦੇ ਵਿੱਚ ਹੋਣ, ਮੈਂ ਸਿਰਫ ਮਹਿਲਾਵਾਂ ਦਾ ਜ਼ਿਕਰ ਕਰ ਰਿਹਾ, ਉਹਨਾਂ ਦੀ ਕੀ ਸਾਈਕੀ, ਕੀ ਨਜ਼ਰੀਆ ਹੈਗਾ ਇਸ ਐਜੀਟੇਸ਼ਨ ਨੂੰ ਲੈ ਕੇ? ਕਿਉਂਕਿ ਜਿਸ ਤਰ੍ਹਾਂ ਦੇ ਨਾਲ ਨੈਸ਼ਨਲ ਮੀਡੀਆ ਨੇ ਇੱਕ ਨੈਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਆਈਟੀ ਸੈੱਲ ਨੇ ਇੱਕ ਨੈਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਲੈ ਕੇ ਇੱਕ ਨਜ਼ਰੀਆ, ਇੱਕ ਪਰਸੈਪਸ਼ਨ ਬਣਦੀ ਹੈ, ਜਦੋਂ ਤੁਸੀਂ ਗੱਲ ਕਰਦੇ ਹੋ ਆਪਣੇ ਸਰਕਲ ਦੀਆਂ ਮਹਿਲਾਵਾਂ ਦੇ ਵਿੱਚ, ਅਤੇ ਉਹਨੂੰ ਕਿਸ ਤਰ੍ਹਾਂ ਦੇ ਨਾਲ ਦੇਖ ਰਹੇ ਨੇ ਪੰਜਾਬ ਤੋਂ ਬਾਹਰ, ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਬੈਠ ਕੇ? ਵੇਖੋ, ਸਭ ਤੋਂ ਪਹਿਲਾਂ ਜਿੰਨਾ ਕੁ ਮੈਂ ਟਵਿੱਟਰ 'ਤੇ ਦੇਖਿਆ ਜਾਂ ਮੈਂ ਯੂਜ਼ ਕਰਦੀ ਹਾਂ, ਸਭ ਤੋਂ ਪਹਿਲਾਂ ਜਿਹੜੀ ਕੰਗਣਾ ਹੁਣਾਂ ਨੂੰ ਲੈ ਕੇ ਹੋਈ ਸੀਗੀ ਪ੍ਰੋਬਲਮ, ਉਹਦੇ ਲਈ ਸੱਚੀ ਬੜੀ ਸ਼ਰਮ ਵਾਲੀ ਗੱਲ ਹੈ। ਸਾਡੇ ਪਰਿਵਾਰਾਂ ਨੇ ਇਹ ਨਹੀਂ ਸਿਖਾਇਆ ਕਿ ਅਸੀਂ ਕਿਸੇ ਧੀ ਨੂੰ ਜਾਂ ਕਿਸੇ ਮਾਂ ਨੂੰ ਜਾਂ ਕਿਸੇ ਕੁੜੀ ਨੂੰ ਮਾੜਾ ਬੋਲੀਏ, ਸੋ ਦਿਲ ਨਹੀਂ ਕਰਦਾ ਕਿ ਅਸੀਂ ਕੁਛ ਕਹੀਏ, ਪਰ ਬੜੀ ਸ਼ਰਮ ਵਾਲੀ ਗੱਲ ਸੀ ਕਿ ਉਹਨਾਂ ਨੇ ਸਾਡੀ ਮਾਂ ਦੇ ਲਈ ਇੱਦਾਂ ਬੋਲਿਆ। ਪਰ ਬਹੁਤ ਸਾਰੀਆਂ ਬਾਲੀਵੁੱਡ ਐਕਟਰਸ ਇੱਦਾਂ ਦੇ ਨੇ ਜਿਨ੍ਹਾਂ ਨੇ ਸਾਡੀ ਸਪੋਰਟ ਵੀ ਕੀਤੀ ਆ, ਸੋ ਉਹਨਾਂ ਦਾ ਮੈਂ ਥੈਂਕਸ ਕਰਦੀ ਹਾਂ ਜਿਨ੍ਹਾਂ ਨੇ ਸਾਡੀ ਸਪੋਰਟ ਦੇ ਵਿੱਚ ਟਵੀਟ ਕੀਤੇ ਨੇ, ਜਿਹੜੇ ਅਸੀਂ ਆਪ ਵੇਖੇ ਨੇ, ਅਸੀਂ ਉਹਨਾਂ ਦਾ ਥੈਂਕਸ ਵੀ ਕੀਤਾ। ਸੋ ਕਹਿੰਦੇ ਪੰਜੋ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਸੋ ਜਿੰਨੇ ਜਾਣੇ ਸਾਨੂੰ ਸਪੋਰਟ ਕਰ ਰਹੇ ਉਹਨਾਂ ਦਾ ਅਸੀਂ ਥੈਂਕ ਯੂ ਕਰਦੇ ਹਾਂ। ਰਹੀ ਗੱਲ ਤੁਸੀਂ ਮਹਿਲਾਵਾਂ ਦੀ, ਮੈਨੂੰ ਲੱਗਦਾ ਕਿ ਤੁਹਾਡੇ ਜਾਂ ਬਾਲੀਵੁੱਡ ਇੰਡਸਟਰੀ ਨਾਲ ਜੁੜੇ ਹੋਏ ਕੋਈ ਵੀ ਗੱਲ ਬੋਲਣ ਤੋਂ ਪਹਿਲਾਂ ਤੁਹਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਮੈਨੂੰ ਲੱਗਦਾ ਕਿ ਉਹਨਾਂ ਨੇ ਉਹ ਮਾਹੌਲ ਹੀ ਨਹੀਂ ਵੇਖੇ, ਉਹਨਾਂ ਨੂੰ ਪਤਾ ਨਹੀਂ ਕਿ ਕਿਸਾਨਾਂ ਦੀ ਲਾਈਫ ਕੀ ਹੈ। ਅਸੀਂ ਉਸ ਪਰਿਵਾਰ 'ਚੋਂ ਬਿਲੋਂਗ ਕਰਦੇ ਹਾਂ, ਮੇਰੇ ਡੈਡੀ ਹੁਣੀ ਖੇਤੀ ਕਰਦੇ ਨੇ। ਮੈਂ ਪਹਿਲਾਂ ਵੀ ਗੱਲ ਕਰਦੀ ਸੀ ਕਿ ਮੇਰੇ ਡੈਡੀ ਹੁਣੀ ਰਾਤ ਨੂੰ ਜਦੋਂ ਪਾਣੀ ਲਾਉਣ ਜਾਂਦੇ ਸੀ ਤਾਂ ਮੈਂ ਪੁੱਛਦੀ, ਤੁਹਾਨੂੰ ਡਰ ਨਹੀਂ ਲੱਗਦਾ ਉੱਥੇ ਖੁੱਡਾਂ ਨੇ, ਉੱਥੇ ਸੱਪ ਨੇ, ਹੈ ਨਾ? ਅਤੇ ਸੋ ਹਾਂ, ਮੈਂ ਉਹੀ ਕਹਿਣ ਲੱਗੀ ਹਾਂ ਕਿ ਸੱਪਾਂ ਦੀਆਂ ਸਿਰੀਆਂ 'ਤੇ ਪੈਰ ਰੱਖ ਕੇ ਜਿਉਣ ਵਾਲੇ ਦਲੇਰ ਜੱਟ ਨੇ, ਇਹ ਸਾਡੇ ਜ਼ਿਮੀਂਦਾਰ ਨੇ, ਕਿਸਾਨ ਨੇ, ਸਾਡੇ ਪੰਜਾਬੀ ਨੇ ਜਿਹੜੇ ਡਰਦੇ ਡੁਰਦੇ ਨਹੀਂ ਹੈਗੇ। ਸੋ ਪਰ ਇਹਨਾਂ ਦੀ ਇੱਕ ਬੜੀ ਵਧੀਆ ਗੱਲ ਹੈ ਕਿ ਅਸੀਂ ਪਹਿਲਾਂ ਕਿਸੇ ਨੂੰ ਬੜਾ ਪਿਆਰ ਕਰਦੇ ਹਾਂ, ਬੜੀ ਇੱਜ਼ਤ ਕਰਦੇ ਹਾਂ, ਪਰ ਜੇ ਕਿਸੇ ਨੂੰ ਨਹੀਂ ਲੈਣੀ ਆਉਂਦੀ ਤਾਂ ਫਿਰ ਛਿੱਤਰ ਵੀ ਬੜਾ ਫੇਰਦੇ ਨੇ। ਸੋ ਮੈਂ ਇਹੀ ਕਹਾਂਗੀ ਕਿ ਜਿੰਨਾ ਕੁ ਪਤਾ ਉਨੀ ਕੁ ਗੱਲ ਕਰਿਆ ਕਰੋ। ਗੁਰਲੇਜ ਜੀ, ਤੁਹਾਡਾ ਇਸ 'ਤੇ ਕੀ ਨਜ਼ਰੀਆ ਹੈਗਾ? ਜਦੋਂ ਤੁਸੀਂ ਵਿਊ ਗੱਲਬਾਤ ਸ਼ੇਅਰ ਕਰਦੇ ਹੋਵੋਗੇ, ਜਾਂ ਉਹ ਪੰਜਾਬ ਤੋਂ ਬਾਹਰ ਬੈਠ ਕੇ ਕਿਸ ਨਜ਼ਰੀਏ ਨਾਲ ਦੇਖ ਰਹੀਆਂ ਨੇ, ਕਿਵੇਂ ਸਮਝ ਰਹੀਆਂ ਨੇ ਮਹਿਲਾਵਾਂ ਜਿਹੜੇ ਤੁਹਾਡੇ ਇੰਟਰਟੇਨਮੈਂਟ ਵਰਲਡ ਦੇ ਵਿੱਚ ਹੈਗੇ? ਜਿਨ੍ਹਾਂ ਨੂੰ ਸਮਝ ਹੈ, ਜਿੱਦਾਂ ਕੌਰਬੀ ਨੇ ਦੱਸਿਆ, ਜਿਨ੍ਹਾਂ ਨੂੰ ਸਮਝ ਉਹ ਤਾਂ ਇਹੀ ਕਹਿੰਦੇ ਕਿ ਇਹ ਇੱਕ ਹਿੰਮਤ ਵਾਲੀ ਗੱਲ ਹੈ ਕਿ ਸਾਡੀਆਂ ਮਾਵਾਂ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਨੇ ਔਰ ਆਪਣੇ ਆਪ ਨੂੰ ਬੇਫਿਕਰ ਸਮਝ ਰਹੇ ਨੇ ਇੱਥੇ ਬੈਠ ਕੇ ਕਿ ਅਸੀਂ ਇਸ ਧਰਨੇ 'ਤੇ ਆਏ ਹਾਂ ਅਤੇ ਇੱਥੋਂ ਜਿੱਤ ਪ੍ਰਾਪਤ ਕਰਕੇ ਜਾਣਾ, ਚਾਹੇ ਮਰ ਜਾਈਏ ਪਰ ਅਸੀਂ ਇੱਥੋਂ ਜਿੱਤ ਕੇ ਹੀ ਜਾਣਾ, ਇੱਥੋਂ ਹਾਰ ਕੇ ਵਾਪਸ ਨਹੀਂ ਜਾਣਾ, ਅਸੀਂ ਹੱਸਦੇ ਚਿਹਰੇ ਲੈ ਕੇ ਜਾਣੇ, ਰੋਂਦਿਆਂ ਨੇ ਅਸੀਂ ਵਾਪਸ ਨਹੀਂ ਜਾਣਾ। ਇਹ ਬੜੀ ਵੱਡੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਮਿਸਾਲ ਹੈ ਸਾਡੀਆਂ ਭੈਣਾਂ ਲਈ। ਕੀ ਲੱਗ ਰਿਹਾ ਹੈਗਾ, ਆਖਰੀ ਇੱਕ ਦੋ ਸਵਾਲ ਨੇ, ਕੀ ਲੱਗ ਰਿਹਾ ਹੈਗਾ ਇਹ ਅੰਦੋਲਨ ਸਹੀ ਦਿਸ਼ਾ 'ਚ ਜਾ ਰਿਹਾ? ਬਿਲਕੁਲ ਸਹੀ ਦਿਸ਼ਾ, ਸਰਕਾਰ ਹਜੇ ਮੰਨ ਨਹੀਂ ਰਹੀ। ਸਰਕਾਰ ਮੰਨੇਗੀ, ਦੇਖੋ ਸਾਰੀਆਂ ਜਥੇਬੰਦੀਆਂ, ਸਾਰੀਆਂ ਸਟੇਟਸ, ਬਾਹਰੋਂ ਕੀ ਹਰ ਇੱਕ ਕੋਨੇ ਤੋਂ ਹਰ ਇੱਕ ਬੰਦਾ ਕਿਸਾਨੀ ਦੇ ਨਾਲ ਹੈ ਅਤੇ ਰਿਜ਼ਲਟ ਤਾਂ ਆਪਣੇ ਸਾਹਮਣੇ ਆ। ਕੋਈ ਗੱਲ ਨਹੀਂ, ਦੇਰ ਆਏਗਾ ਪਰ ਦਰੁਸਤ। ਆਖਰੀ ਸਵਾਲ, ਆਖਰੀ ਕਮੈਂਟ ਹੈਗਾ ਸਾਰਿਆਂ ਕੋਲ, ਮੈਂ ਨਾ ਐਮੀ ਨੂੰ ਇਹ ਸਵਾਲ ਪੁੱਛਿਆ ਸੀਗਾ, ਮੈਂ ਕਿਹਾ ਕਲਾਕਾਰ ਬੜੇ ਸੌਫਟ ਟਾਰਗੇਟ ਹੁੰਦੇ ਆ ਔਰ ਆਮ ਤੌਰ 'ਤੇ ਕਲਾਕਾਰ ਜਦੋਂ ਸਟੇਟ ਦੇ ਨਾਲ ਕੋਈ ਗੱਲ ਹੋਵੇ ਉਸ 'ਤੇ ਨਿਕਲ ਕੇ ਆਉਂਦੇ ਨਹੀਂ, ਪੰਜਾਬੀ ਇੰਡਸਟਰੀ ਨੇ ਬੜੀ ਹਿੰਮਤ ਦਿਖਾਈ ਹੈਗੀ ਆ, ਬੜੇ ਓਪਨਲੀ ਨਿਕਲ ਕੇ ਆਏ ਨੇ। ਕਿ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਡਰ ਨਹੀਂ ਲੱਗ ਰਿਹਾ ਕਿਤੇ ਸਰਕਾਰ ਟਾਰਗੇਟ ਕਰ ਦੂਗੀ? ਇਹੀ ਸਵਾਲ ਤੁਹਾਡੇ ਲਈ ਹੈਗਾ। ਹੈਗੇ ਪਹਿਲਾਂ ਬਹੁਤ ਇੱਜ਼ਤ ਪਿਆਰ ਕਰਦੇ ਨੇ, ਬਾਅਦ 'ਚ ਡਰਦੇ ਨਹੀਂ, ਜੇ ਕੋਈ ਇੱਜ਼ਤ ਨਾ ਮੰਨਦਾ ਠੀਕ ਹੈ, ਨਹੀਂ ਫਿਰ ਦੂਜੀ ਤਰ੍ਹਾਂ ਮਨਾਉਂਦੇ ਨੇ। ਨਹੀਂ, ਡਰਨ ਵਾਲੀ ਕੋਈ ਗੱਲ ਨਹੀਂ ਹੈਗੀ, ਇਹ ਤਾਂ ਆਪਣੇ ਹੱਕ ਲਈ ਅਸੀਂ ਬੋਲ ਰਹੇ ਹਾਂ। ਡਰੀ ਦਾ ਤਾਂ ਹੁੰਦਾ ਜੇ ਕੁਛ ਗਲਤ ਕਰੀਏ, ਜਦ ਆਪਾਂ ਸਹੀ ਹੈ ਤਾਂ ਫਿਰ ਡਰਨਾ ਕਿਉਂ ਆ? ਮੈਂ ਕਿਹਾ ਜਦੋਂ ਸਾਡੇ ਬਜ਼ੁਰਗ ਨਹੀਂ ਡਰਦੇ ਪਏ ਤਾਂ ਅਸੀਂ ਡਰੀਏ ਤਾਂ ਬੜੀ ਮਾੜੀ ਗੱਲ। ਆਪਣੇ ਹੱਕ ਲਈ ਲੜ ਰਹੇ ਹਾਂ ਔਰ ਹੱਕ ਲਈ ਤਾਂ ਕੋਈ ਵੀ ਲੜ ਸਕਦਾ। ਘਰ ਦੇ ਵਿੱਚ ਕੋਈ ਪ੍ਰੋਬਲਮ ਹੋਵੇ, ਵੱਡਾ ਜੇ ਕੋਈ ਕਹੇ ਤਾਂ ਆਪਾਂ ਨੂੰ ਕਹਿ ਦੇਣਾ ਨਾ ਕਈ ਵਾਰੀ, ਵੀ ਨਹੀਂ ਵੀ ਕੋਈ ਗੱਲ ਨਹੀਂ, ਰਲ ਮਿਲ ਕੇ ਆਪਾਂ ਨੂੰ ਸੌਰਟ ਆਊਟ ਕਰ ਦੇਣਾ, ਦੈਟਸ ਵਾਟ ਵੀ ਡੂਇੰਗ। ਜਿੱਤ ਕੇ ਮੁੜਾਂਗੇ ਤੂੰ? ਹਾਂਜੀ ਹਾਂਜੀ, ਪੱਕਾ ਜੀ, ਪੱਕਾ ਪੱਕਾ, ਮਾਲਕ ਮਿਹਰ ਕਰੇ। ਥੈਂਕ ਯੂ। ਇਹ ਸਨ ਪੰਜਾਬੀ ਕਲਾਕਾਰ ਦਾਵਾ ਕਰ ਰਹੇ ਨੇ ਕਿ ਆਪਣੇ ਹੱਕ ਦੇ ਲਈ ਖੜ੍ਹੇ ਨੇ, ਸਰਕਾਰ ਦੇ ਬਰਖਿਲਾਫ ਗੱਲ ਕਰਨ ਤੋਂ ਜਾਂ ਆਪਣੇ ਹੱਕਾਂ ਦੇ ਲਈ ਗੱਲ ਕਰਨ ਤੋਂ ਡਰਦੇ ਨਹੀਂ ਹੈ ਔਰ ਆਸਮੰਦ ਨੇ ਕਿ ਅੰਦੋਲਨ ਸਹੀ ਦਿਸ਼ਾ ਦੇ ਵਿੱਚ ਹੈਗਾ, ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਅਤੇ ਵਾਪਸ ਜਿੱਤ ਕੇ ਹੀ ਮੁੜਨਗੇ। ਕੈਮਰਾਮੈਨ ਪਵਨ ਦੇ ਨਾਲ ਪਮਿਲ ਪਾਟੀਆ, ਦੈਨਿਕ ਸਵੇਰਾ, ਦਿੱਲੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।